ਦੇਖੋ ਬੜੇ ਲੰਬੇ ਸਮੇਂ ਤੋਂ ਆ ਜਿਹੜੀ ਉਹ PCMS ਐਸੋਸੀਏਸ਼ਨ ਜਿਹੜੀ ਡਾਕਟਰਾਂ ਦੀ ਜਥੇਬੰਦੀ ਹੈ ਬੜੇ ਲੰਬੇ ਸਮੇਂ ਤੋਂ ਕੁਛ ਮੰਗਾਂ ਨੂੰ ਲੈ ਕੇ ਜਿਹੜੀ ਉਹ ਸੰਘਰਸ਼ ਕਰ ਰਹੀ ਸੀ, ਜਿਹਦੇ 'ਚ ਮੇਨ ਮੰਗਾਂ ਡਾਕਟਰਾਂ ਦੀ ਸੁਰੱਖਿਆ, ਨਵਾਂ ਮਹਿਕਮੇ ਦੇ ਵਿੱਚ ਨਵੇਂ ਡਾਕਟਰਾਂ ਦੀ ਭਰਤੀ, ਅਤੇ ਜਿਹੜੇ ਪੁਰਾਣੇ ਡਾਕਟਰ ਹੈਗੇ ਨੇ ਮਹਿਕਮੇ ਦੇ ਵਿੱਚ ਉਹਨਾਂ ਦੇ ਜੋ ਬਣਦੇ ਭੱਤੇ ਰੋਕ ਦਿੱਤੇ ਗਏ ਸੀ, ਉਹਨਾਂ ਦੀ ਬਹਾਲੀ ਵਾਸਤੇ ਸੰਘਰਸ਼ ਕਰ ਰਹੀ ਸੀ। ਇਹਦੇ 'ਚ ਪਹਿਲਾਂ 3 ਦਿਨ ਆ ਜਿਹੜੀ ਉਹ 3 ਘੰਟੇ ਜਿਹੜੀ ਹੈ OPD ਸੇਵਾਵਾਂ ਬੰਦ ਰੱਖੀਆਂ ਗਈਆਂ ਸੀ। ਉਸ ਤੋਂ ਬਾਅਦ ਅੱਜ ਜਿਹੜੀ ਹੈ ਉਹ ਪੂਰਾ ਦਿਨ OPD ਸੇਵਾਵਾਂ ਬੰਦ ਰੱਖਣ ਦੀ ਜਿਹੜੀ ਕਾਲ ਆ ਉਹ ਦਿੱਤੀ ਗਈ। ਕੱਲ੍ਹ ਸਰਕਾਰ ਨਾਲ ਜੋ ਮੀਟਿੰਗ ਜਥੇਬੰਦੀ ਦੀ ਹੋਈ ਹੈ ਉਹ ਬੜੇ ਸਕਾਰਾਤਮਕ ਮਾਹੌਲ ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਕਿ ਉਸ ਕਮੇਟੀ ਸਰਕਾਰ ਦੀ ਜੋ ਨੁਮਾਇੰਦੇ ਸੀਗੇ ਉਹਨਾਂ ਨੇ ਇਹ ਚੀਜ਼ ਮੰਨੀ ਵੀ ਇਹ ਜਿਹੜੀਆਂ ਮੰਗਾਂ ਨੇ ਇਹ ਜਾਇਜ਼ ਨੇ ਅਤੇ ਸਰਕਾਰ ਇਹਨਾਂ ਮੰਗਾਂ ਨੂੰ ਜਲਦ ਹੀ ਪੂਰਾ ਕਰੂ। ਉੱਥੇ ਇਹ ਵੀ ਫੈਸਲਾ ਹੋਇਆ ਸੀ ਵੀ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹ ਜਿਹੜੀਆਂ ਮੰਗਾਂ ਨੇ ਇਹ ਇਹਨਾਂ ਦਾ ਕਿੰਨਾ ਟਾਈਮ ਫਰੇਮ ਹੋਊਗਾ ਉਹਦੇ ਬਾਰੇ ਵੀ ਦੱਸ ਦਿੱਤਾ ਜਾਊਗਾ। ਬਟ ਜਦੋਂ ਉਹ ਪੱਤਰ ਕੱਢਿਆ ਗਿਆ ਤਾਂ ਉਹਦੇ ਵਿੱਚ ਬੜਾ ਲੰਬਾ ਸਮਾਂ ਉਹਨੂੰ ਪਾ ਦਿੱਤਾ ਗਿਆ। ਸੋ ਇਸ ਕਰਕੇ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਵੀ ਇਹਨਾਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਹੱਲ ਉਹ ਕੀਤਾ ਜਾਵੇ ਤਾਂ ਜੋ ਸਰਕਾਰ ਜਿਹੜੀ ਹੈ ਇਹਦੇ ਵੱਲ ਧਿਆਨ ਦੇਵੇ ਤਾਂ ਜੋ ਲੋਕ ਜਿਹੜੇ ਆ ਇਹਦੇ 'ਚ ਸਫ਼ਰ ਨਾ ਕਰਨ ਅਤੇ ਜਲਦ ਤੋਂ ਜਲਦ ਆ ਜਿਹੜੇ ਡਾਕਟਰ ਆਪਣੇ ਕੰਮਾਂ 'ਤੇ ਵਾਪਸ ਪੱਕ ਸਕਣ। ਇਸ ਤੋਂ ਬਾਅਦ ਜਿਸ ਤਰ੍ਹਾਂ ਅੱਜ ਬੰਦ ਆ, ਕੱਲ੍ਹ ਵੀ ਬੰਦ ਰਹੇਗੀ ਜਾਂ ਕੋਈ ਗੱਲਬਾਤ ਹੋਊਗੀ ਇਸ ਤੋਂ ਲੈ ਜੀ? ਅਜੇ ਤੱਕ ਜੋ ਜਥੇਬੰਦੀ ਵੱਲੋਂ ਕਾਲ ਦਿੱਤੀ ਗਈ ਹੈ ਉਹ 3 ਦਿਨਾਂ ਦੀ ਕੰਪਲੀਟ OPD ਬੰਦ ਦੀ ਕਾਲ ਦਿੱਤੀ ਗਈ ਹੈ, ਜਿਹਦੇ 'ਚ ਵੀਰ, ਸ਼ੁੱਕਰ ਅਤੇ ਸ਼ਨੀਵਾਰ ਸ਼ਾਮਲ। ਇਸ ਦੌਰਾਨ ਜਿਹੜੀਆਂ ਐਮਰਜੈਂਸੀ ਸੇਵਾਵਾਂ ਹੈ, ਉਹ ਗਾਇਨੀ ਨਾਲ ਰਿਲੇਟਡ ਸੇਵਾਵਾਂ ਹੈ, ਉਹ ਚੱਲਦੀਆਂ ਰਹਿਣੀਆਂ ਅਤੇ OPD ਸੇਵਾਵਾਂ ਜਿਹੜੀਆਂ ਉਹ ਬੰਦ ਰਹਿਣੀਆਂ।